ਡੇਢ ਲੱਖ ਦੇ ਸੀਟਾਂ ਚੱਕ ਕੇ ਲੈ ਗਏ ਸਾਰੇ। ਉਹ ਘਿਓ ਵਾਲੇ ਆਉਂਦੇ ਹੈਗੇ ਆ, ਉਹਨੇ ਫੋਨ ਕੀਤਾ, ਸ਼ਟਰ ਟੁੱਟਾ ਹੋਇਆ ਜੀ ਆ ਜਾਓ। ਤੇ ਕਿੰਨੇ ਕੁ ਵਜੇ ਆਏ? ਕਿੰਨੇ ਵਜੇ ਆਏ ਆ ਜੀ? ਕਿੰਨੇ ਕੁ ਬੰਦੇ ਸੀ? ਦੋ ਬੰਦੇ ਸੀਗੇ ਮੋਟਰਸਾਈਕਲ। ਕੀ ਨਾਮ ਆਪਣਾ ਤੇ ਕੀ ਦੁਕਾਨ ਦਾ ਨਾਮ ਹੈ? ਇਹ ਦੁਕਾਨ ਦਾ ਕੀ ਨਾਮ ਹੈ ਬਾਈ? ਤੇ ਆਪਣਾ ਕੀ ਨੁਕਸਾਨ ਹੋਇਆ? ਕਿੱਥੇ ਦੁਕਾਨ ਆਪਣੀ ਹੈਗੀ? ਮੰਡੀ ਗੇਟ ਦੇ ਬਿਲਕੁਲ ਸਾਹਮਣੇ ਸਵਾ ਲੱਖ ਡੇਢ ਲੱਖ ਦੇ ਸੀਟਾਂ ਚੱਕ ਕੇ ਲੈ ਗਏ ਸਾਰੀਆਂ। ਤੇ ਆਪਣਾ ਕਿੱਦਾਂ ਪਤਾ ਲੱਗਿਆ ਤੁਹਾਨੂੰ ਚੋਰੀ ਹੋਈ ਹੈ ਤੁਹਾਡੇ? ਸਵੇਰੇ ਉਹ ਘਿਓ ਵਾਲੇ ਆਉਂਦੇ ਹੈਗੇ ਆ, ਉਹਨੇ ਫੋਨ ਕੀਤਾ, ਸ਼ਟਰ ਟੁੱਟਾ ਹੋਇਆ ਜੀ ਆ ਜਾਓ। ਤੇ ਕੀ ਲੈ ਗਏ ਆ ਸਾਰਾ ਸਮਾਨ? ਸਿਗਟਾਂ ਹੀ ਲਗਾਏ ਜੀ। ਕੋਈ ਸੀਸੀਟੀਵੀ ਫੁਟੇਜ ਵਗੈਰਾ ਆਈ ਹੈ? ਹਾਂਜੀ ਇਹ ਜੀ ਸੀਸੀਟੀਵੀ ਵੀਡੀਓ ਜਿਹੜੀ, ਹਾਂਜੀ ਵੀਡੀਓ ਆਈ ਹੈਗੀ ਹੈ। ਤੇ ਕਿੰਨੇ ਕੁ ਵਜੇ ਆਏ? ਕਿੰਨੇ ਵਜੇ ਆਏ ਜੀ? ਕਿੰਨੇ ਕੁ ਬੰਦੇ ਸੀ? ਦੋ ਬੰਦੇ ਸੀਗੇ ਮੋਟਰਸਾਈਕਲ ਤੇ। ਠੀਕ ਜੀ, ਇਸ ਵਾਰ ਪੁਲਿਸ ਨੂੰ ਕੀਤੀ ਕੰਪਲੇਂਟ ਵਗੈਰਾ? ਹਾਂਜੀ ਕਰ ਦਿੱਤੀ ਜੀ। ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜਿੱਦਾਂ ਆਏ ਦਿਨ ਚੋਰੀਆਂ ਲੁੱਟਾਂ ਹੋ ਰਹੀਆਂ? ਮੈਂ ਬਈ ਅੱਜ ਕੱਲ੍ਹ ਲੁੱਟ ਘਸੋਟ ਤੇ ਜ਼ਿਆਦਾ ਹੈਗੀ ਆ, ਆਪਣੀ ਸੇਫ ਸਾਈਡ ਚਾਹੁੰਦੇ ਆ। ਪੁਲਿਸ ਨੂੰ ਆਪਣੀ ਕਿੰਨੇ ਕੁ ਲੱਖ ਦਾ ਸਮਾਨ ਗਿਆ ਵਾ ਆਪਣਾ? ਸਵਾ ਲੱਖ ਡੇਢ ਲੱਖ ਦਾ। ਸੁਰਜੀਤ ਭਾਈ, ਜਿਹੜੀ ਚੋਰੀ ਹੋਈ ਹੈ ਮੰਡੀ ਫੈਂਟਨਗੰਜ, ਕੀ ਮਾਮਲਾ ਸਾਰਾ? ਇਹਨਾਂ ਜੀ ਰਾਤੀ ਮੰਡੀ ਫੈਂਟਨਗੰਜ ਆ, ਉੱਥੇ ਬੀੜੀ ਸੀਟਾਂ ਦੀ ਉਹਨਾਂ ਦੀ ਹੋਲਸੇਲ ਦੀ ਦੁਕਾਨ ਆ। ਉਹਦੇ ਵਿੱਚੋਂ ਸਵੇਰੇ ਕਹਿੰਦੇ 3 ਵਜੇ ਕਹਿੰਦੇ ਕੋਈ ਆਇਆ ਆ ਅਤੇ ਤਾਲੇ ਤੋੜ ਕੇ ਅਤੇ ਅੰਦਰੋਂ ਸਿਗਟਾਂ ਬੀੜੀਆਂ ਦੇ ਆ ਜਿਹੜੇ ਬੰਡਲ, ਉਹ ਬੁਰੇ 'ਚ ਪਾ ਕੇ ਚੋਰੀ ਕਰਕੇ ਲੈ ਗਏ। ਸਰ ਦੁਕਾਨ ਦਾ ਨਾਮ ਕੀ? ਕਿਸੇ ਚੋਰੀ ਹੋਈ? ਬ੍ਰਿਜ ਮੋਹਨ। ਇਹ ਕਿੱਥੇ ਦਾ, ਕਿਹੜੀ ਲੋਕੇਸ਼ਨ ਦੇ ਵਿੱਚ ਦੁਕਾਨ? ਇਹ ਮੰਡੀ ਰੋਡ ਦੇ ਵਿੱਚ ਫੈਂਟਨਗੰਜ ਜੀ। ਠੀਕ ਹੈ ਜੀ, ਹਾਂਜੀ। ਅਤੇ ਕੋਈ ਸੀ ਸੀ ਟੀ ਵੀ ਵਗੈਰਾ? ਸੀ ਸੀ ਟੀ ਵੀ ਅੱਜ ਸੰਡੇ ਹੋਣ ਕਰਕੇ ਫਿਲਹਾਲ ਤਾਂ ਨਹੀਂ ਮਿਲੀ ਜੀ, ਦੁਕਾਨਾਂ ਬੰਦ ਆ। ਪਰ ਅਸੀਂ ਕਿਹਾ ਆ ਇੱਕ ਦੋ ਨੂੰ ਕੈਮਰੇ ਵੇਖਣੇ ਆ, ਤੁਸੀਂ ਆਪਣੇ ਸਾਨੂੰ ਸੀ ਸੀ ਟੀ ਵੀ ਕੈਮਰੇ ਦਿਖਾਓ। ਅਤੇ ਕੋਈ ਕਾਰਵਾਈ ਆਪਣੀ ਹੁਣ ਕੀ ਕੀਤੀ ਜਾ ਰਹੀ ਹੈ? ਫਿਲਹਾਲ ਤਾਂ ਇਹ ਚੱਲ ਰਹੀ ਹੈ, ਇਹ ਸੀ ਸੀ ਟੀ ਵੀ ਕੈਮਰੇ ਵਗੈਰਾ ਵੇਖਦੇ ਹਾਂ, ਅਗਰ ਉਹਨਾਂ ਦੇ ਵਿੱਚ ਕੋਈ ਸਾਨੂੰ ਆਉਂਦਾ ਆ, ਕੋਈ ਕਲੂ ਮਿਲਦਾ ਆ, ਬਣਦੀ ਕਾਰਵਾਈ ਕੀਤੀ ਜਾ ਰਹੀ।